ਤੁਸੀਂ ਵੇਖ ਰਹੇ ਹੋ ਜਸਟ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ ਨਾਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਅਦਬ ਸਹਿਤ ਸਤਿ ਸ੍ਰੀ ਅਕਾਲ ਇਸ ਸ਼ੋਅ ਦੇ ਉੱਤੇ ਉਹਨਾਂ ਸਾਰੇ ਮਸਲਿਆਂ ਨੂੰ ਲੈ ਕੇ ਆਉਂਦੇ ਜੋ ਕਿ ਇੰਟਰਨੈਸ਼ਨਲ ਪੱਧਰ ਤੇ ਆਵਾਜ਼ ਬਣੇ ਹੋਏ ਹਨ ਔਰ ਜਦ ਉਹ ਆਵਾਜ਼ ਬਣਦੇ ਹਨ ਤਾਂ ਫਿਰ ਕੋਸ਼ਿਸ਼ ਹੁੰਦੀ ਹੈ ਸਾਡੀ ਵੀ ਕਿ ਅਸੀਂ ਉਹਦੇ ਉੱਤੇ ਵਿਚਾਰ ਕਰ ਸਕੀਏ ਔਰ ਉਹਨੂੰ ਲਿਆ ਸਕੀਏ ਜਿੱਥੇ ਅਸੀਂ ਅੱਜ ਇਸ ਕਰਮ ਭੂਮੀ ਦੇ ਉੱਤੇ 3 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਦੇ ਉੱਤੇ ਆਪਣੇ ਵਿਚਾਰ ਰੱਖ ਰਹੇ ਹਾਂ ਤਾਂ ਉੱਥੇ ਹੀ ਸਾਡੀ ਜਨਮ ਭੂਮੀ ਸਾਡੀ ਮਦਰਲੈਂਡ ਜਿੱਥੇ ਅੱਜ ਬਹੁਤ ਸਾਰੀ ਮੈਂ ਕਹਾਂਗਾ ਪਰੇਸ਼ਾਨੀਆਂ ਆਈਆਂ ਹੋਈਆਂ ਹਨ ਉਹਨਾਂ ਪਰੇਸ਼ਾਨੀਆਂ ਦੇ ਵਿੱਚ ਕਿਸ ਤਰੀਕੇ ਨਾਲ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆਪਣੇ ਉਸ ਮਦਰਲੈਂਡ ਨੂੰ ਬਚਾ ਸਕੀਏ ਅੱਜ ਇੱਕ ਅਹਿਮ ਵਿਸ਼ਾ ਹੈਗਾ ਇੱਕ ਅਹਿਮ ਮੁੱਦਾ ਹੈਗਾ ਅਤੇ ਮੈਂ ਜ਼ਰੂਰ ਤੁਹਾਨੂੰ ਅੱਜ ਆਪਣੀ ਮਦਰਲੈਂਡ ਲੈ ਕੇ ਜਾ ਰਿਹਾ ਜਿਸ ਦੇ ਉੱਤੇ ਇਹ ਤਰਾਜ਼ਦੀ ਅੱਜ ਤੋਂ ਨਹੀਂ ਕਾਫੀ ਲੰਬੇ ਸਮੇਂ ਤੋਂ ਤਰਾਜ਼ਦੀ ਹੈ ਇਸ ਤਰਾਜ਼ਦੀ ਦੇ ਵਿੱਚ ਕਿਵੇਂ ਅਸੀਂ ਆਪਣੇ ਆਪ ਨੂੰ ਬਾਹਰ ਕੱਢੀਏ ਔਰ ਜਿਹੜੇ ਸਾਡੇ ਭਰਾ ਜੋ ਕਿ ਪੂਰੇ ਦੇਸ਼ ਦਾ ਪੂਰੇ ਭਾਰਤ ਦਾ ਉਸ ਮੁਲਕ ਦਾ ਅੰਨਦਾਤਾ ਹੈ ਉਹ ਸੂਬਾ ਅੱਜ ਮਜਬੂਰ ਹੈਗਾ ਉਸ ਰਾਹ ਦੇ ਉੱਤੇ ਤੁਰਨ ਦੇ ਲਈ ਉਹ ਰਾਹ ਜਿਹੜੀ ਹੈ ਬਹੁਤ ਔਖੀ ਇਸ ਟਾਈਮ ਹੋਈ ਹੋਈ ਹੈ ਔਰ ਨਾ ਕਿ ਸਿਰਫ ਔਖੀ ਹੈ ਅੱਜ ਉਸ ਸੂਬੇ ਨੂੰ ਚਾਹੀਦਾ ਕਿ ਕੋਈ ਸਾਡੀ ਬਾਂਹ ਫੜੇ ਕੋਈ ਸਾਡੇ ਨਾਲ ਮੋਢੇ ਦੇ ਨਾਲ ਮੋਢਾ ਮਿਲਾ ਕੇ ਚੱਲੇ ਇਹ ਸਮਾਂ ਹੁਣ ਰਾਜਨੀਤੀ ਦਾ ਨਹੀਂ ਸਗੋਂ ਸਾਡੇ ਭਰਾ ਸਾਡੀ ਕਿਸਾਨੀ ਔਰ ਸਾਡੇ ਕਿਸਾਨ ਭਰਾ ਦੇ ਨਾਲ ਖੜਨ ਦਾ ਹੈਗਾ ਕੌਣ ਉਹਨਾਂ ਨਾਲ ਖਲੋਤਾ ਔਰ ਕੌਣ ਰਾਜਨੀਤੀ ਕਰ ਰਿਹਾ ਕੌਣ ਉਹਨਾਂ ਨੂੰ ਮਜਬੂਰ ਕਰ ਰਿਹਾ ਅੱਜ ਕਿਸਾਨ ਫਾਹੇ ਲਾ ਕੇ ਨਹੀਂ ਅੱਜ ਕਿਸਾਨ ਕੀਟਨਾਸ਼ਕ ਪੀ ਕੇ ਨਹੀਂ ਅੱਜ ਕਿਸਾਨ ਮੌਸਮ ਦੀ ਮਾਰ ਨਹੀਂ ਅੱਜ ਕਿਸਾਨ ਕਰਜ਼ੇ ਦੀ ਮਾਰ ਨਹੀਂ ਅੱਜ ਕਿਸਾਨ ਇਸ ਆਰਡੀਨੈਂਸ ਬਿੱਲ ਦੀ ਮਾਰ ਦੇ ਨਾਲ ਆਤਮ ਹੱਤਿਆ ਕਰ ਰਿਹਾ ਖੁਦਕੁਸ਼ੀ ਕਰ ਰਿਹਾ ਆਪਣੇ ਆਪ ਨੂੰ ਮਜਬੂਰ ਕਰ ਰਿਹਾ ਕਿ ਮੈਂ ਇਸ ਆਰਡੀਨੈਂਸ ਬਿੱਲ ਦੇ ਤਹਿਤ ਮਰਾਂਗਾ ਇਸ ਆਰਡੀਨੈਂਸ ਬਿੱਲ ਦੇ ਤਹਿਤ ਮੈਂ ਆਪਣੀ ਫੈਮਿਲੀ ਨੂੰ ਨਹੀਂ ਪਾਲ ਪਾਵਾਂਗਾ ਅਪਬ੍ਰਿੰਗਿੰਗ ਆਪਣੇ ਬੱਚਿਆਂ ਨੂੰ ਨਹੀਂ ਦੇ ਪਾਵਾਂਗਾ ਕਿ ਇਹ ਵਾਕਿਆ ਹੀ ਜਿਹੜਾ ਆਰਡੀਨੈਂਸ ਬਿੱਲ ਹੈ ਕੈਂਸਰ ਦੀ ਬਿਮਾਰੀ ਵਰਗਾ ਬਿੱਲ ਬਣ ਚੁੱਕਿਆ ਜਿਹਦਾ ਕੋਈ ਇਲਾਜ ਨਹੀਂ ਅੱਜ ਹਰ ਇੱਕ ਪਾਰਟੀ ਆਪਣੇ ਲੈਵਲ 'ਤੇ ਪ੍ਰੋਟੈਸਟ ਕਰ ਰਹੀ ਹੈ ਭਾਵੇਂ ਸ਼੍ਰੋਮਣੀ ਅਕਾਲੀ ਦਲ ਹੋਵੇ ਭਾਵੇਂ ਕਾਂਗਰਸ ਹੋਵੇ ਆਮ ਆਦਮੀ ਪਾਰਟੀ ਹੋਵੇ ਹਰ ਕੋਈ ਇਹ ਹੀ ਕਹਿੰਦਾ ਹੋਇਆ ਨਜ਼ਰ ਆ ਰਿਹਾ ਕਿ ਜੇਕਰ ਅਸੀਂ ਆਪਣੀ ਕਿਸਾਨੀ ਬਚਾ ਲਈ ਅਸੀਂ ਆਪਣੇ ਕਿਸਾਨ ਭਰਾ ਬਚਾ ਲਏ ਤਾਂ ਪੰਜਾਬ ਬਚਾ ਸਕਾਂਗੇ ਪਰ ਇਹਨੂੰ ਲੈ ਕੇ ਸਿਆਸੀ ਰੋਟੀਆਂ ਵੀ ਸੇਕੀਆਂ ਜਾ ਰਹੀਆਂ ਹਨ ਵਿਸ਼ਲੇਸ਼ਣ ਹਰ ਇੱਕ ਪਾਰਟੀ ਦਾ ਜ਼ਰੂਰ ਕਰਾਂਗੇ ਕਾਂਗਰਸ ਦੀ ਗੱਲ ਕਰੀਏ ਤਾਂ ਕੈਪਟਨ ਅਮਰਿੰਦਰ ਸਿੰਘ ਮੈਦਾਨ ਦੇ ਵਿੱਚ ਉਤਰ ਚੁੱਕੇ ਹਨ ਬਾਕਾਇਦਾ ਕਈ ਥਾਵਾਂ ਦੇ ਉੱਤੇ ਉਹਨਾਂ ਨੂੰ ਵੇਖਿਆ ਜਾ ਰਿਹਾ ਜਾ ਕੇ ਉਹ ਪ੍ਰੋਟੈਸਟ ਕਰ ਰਹੇ ਹਨ ਪਰ ਸਵਾਲ ਮੈਂ ਹਮੇਸ਼ਾ ਇਹੀ ਪੁੱਛਦਾ ਕਿ ਹੁਣ ਪ੍ਰੋਟੈਸਟ ਕਿਉਂ ਸਾਡੀ ਅਕਲ ਉਸ ਟਾਈਮ ਕਿੱਥੇ ਗਈ ਸੀਗੀ ਜਦ ਇਹ ਆਰਡੀਨੈਂਸ ਬਣਾਇਆ ਜਾ ਰਿਹਾ ਸੀਗਾ ਸਾਡੇ ਵਿਚਾਰ ਕਿੱਥੇ ਗਏ ਸੀਗੇ ਜਦ ਇਸ ਬਿੱਲ ਨੂੰ ਸਦਨ ਦੇ ਵਿੱਚ ਪਾਸ ਕੀਤਾ ਜਾ ਰਿਹਾ ਸੀਗਾ ਸਾਡੀ ਇੰਟਲੈਕਚੁਅਲ ਗੱਲਾਂ ਕਿੱਥੇ ਗਈਆਂ ਸੀਗੀਆਂ ਜਦ ਇਸ ਦੇ ਉੱਤੇ ਪ੍ਰੈਜੀਡੈਂਟ ਨੇ ਰਾਸ਼ਟਰਪਤੀ ਨੇ ਹਸਤਾਖਰ ਕੀਤੇ ਤਾਂ ਅਸੀਂ ਕਿੱਥੇ ਸੀਗੇ ਅੱਜ ਅਸੀਂ ਮੈਦਾਨ ਦੇ ਵਿੱਚ ਉਤਰ ਕੇ ਅੱਜ ਅਸੀਂ ਲੋਕਾਂ ਦੇ ਵਿੱਚ ਜਾ ਕੇ ਸਿੰਪੈਥੀ ਵਿਖਾ ਰਹੇ ਹਾਂ ਕਿ ਇਸ ਬਿੱਲ ਨੂੰ ਅਸੀਂ ਨਹੀਂ ਮੰਨਾਂਗੇ ਆਖਿਰਕਾਰ ਤੁਸੀਂ ਕਿੱਥੇ ਸੀਗੇ ਕੈਪਟਨ ਸਾਹਿਬ ਤੁਸੀਂ ਕਿੱਥੇ ਸੀਗੇ ਬਾਦਲ ਸਾਹਿਬ ਤੁਸੀਂ ਕਿੱਥੇ ਸੀਗੇ ਭਗਵੰਤ ਮਾਨ ਸਾਹਿਬ ਤਾਂ ਮੁਜ਼ਾਹਰੇ ਕਿਉਂ ਨਹੀਂ ਕੀਤੇ ਕਿਉਂ ਨਹੀਂ ਪ੍ਰੋਟੈਸਟ ਕੀਤਾ ਅੱਜ ਰਾਜਨੀਤੀ ਰੋਟੀਆਂ ਸੇਕਣ ਦੇ ਲਈ ਨਹੀਂ ਸਿਆਸੀ ਰੋਟੀਆਂ ਸੇਕਣ ਦੇ ਲਈ ਨਹੀਂ ਲੋਕਾਂ ਦੇ ਇਸ ਉਬਾਲ ਨੂੰ ਸ਼ਾਂਤ ਕਰਨ ਦੇ ਲਈ ਨਹੀਂ ਇਸ ਕਿਸਾਨੀ ਦੇ ਬਿੱਲ ਦੇ ਨਾਲ ਮਰਨ ਦਾ ਹੈਗਾ ਕੁਰਬਾਨ ਹੋਣ ਦਾ ਹੈਗਾ ਸ਼ਹੀਦ ਹੋਣ ਦਾ ਹੈਗਾ ਜੇਕਰ ਤੁਸੀਂ ਸ਼ਹੀਦ ਹੁੰਦੇ ਹੋ ਕੁਰਬਾਨ ਹੁੰਦੇ ਹੋ ਤਾਂ ਕੁਛ ਪੰਜਾਬ ਦਾ ਬਚੇਗਾ ਪਾਣੀ ਸਾਡੇ ਤੋਂ ਚਲਾ ਗਿਆ ਰਾਜਧਾਨੀ ਸਾਡੇ ਤੋਂ ਲੈ ਲਿੱਤੀ ਗਈ ਮਾਂ ਬੋਲੀ ਸਾਡੇ ਤੋਂ ਲੈ ਲਿੱਤੀ ਗਈ ਹੁਣ ਇੱਕ ਬਚੀ ਕੁਚੀ ਕਿਸਾਨੀ ਸੀਗੀ ਉਹ ਵੀ ਲੈਣ ਦੀ ਕਵਾਇਦ ਸ਼ੁਰੂ ਹੋ ਗਈ ਹੈ ਕਿਉਂ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਹਨ ਕਿਉਂ ਮੱਲਮ ਪੱਟੀ ਕੀਤੀ ਜਾ ਰਹੀ ਹੈ ਇਹ ਕੈਂਸਰ ਮਾਲਵੇ ਦੇ ਵਿੱਚ ਪਹਿਲਾਂ ਹੀ ਲੋਕਾਂ ਦੀ ਮੌਤਾਂ ਲੈ ਰਿਹਾ ਹੁਣ ਦੁਆਬੇ ਦੇ ਵਿੱਚ ਮਾਝੇ ਦੇ ਵਿੱਚ ਵੀ ਆਲਰੇਡੀ ਆ ਚੁੱਕਿਆ ਹੁਣ ਪੂਰੇ ਪੰਜਾਬ ਦੇ ਵਿੱਚ ਇਸ ਆਰਡੀਨੈਂਸ ਬਿੱਲ ਨੇ
इस आउण वाले समय दे विच जो त्राजदी ने देनी है वो असी जानते हैं बखूबी समझते हैं ते दे उत्ते राजनीति क्यों कोई मेरा भी दर्द सुनो अजय किसान सानू कह रहा है कोई मेरी भी सुन लवो अजय साडे भरा सानू याद कर रहे ने साडा परिवार रुल सकदा कि तुसी साडे नाल हो अजय सवाल वो सानू कर रहे ने साडी मदद कौन करेगा वो सानू पुछ रहे ने राजनीति ना करो 1947 तो लैके हुण तक राजनीति तुसी कीती है हुण तां समझ लवो एक मुद्दा बनता है सवाल बनता है इसे ला के करांगे विचार मेरे नाल जिहड़े पैनलिस्ट मौजूद ने उन्हां नाल मैं तारुफ करूँगा क्योंकि मुद्दा जद यह साडी मदरलैंड दा है उहदी चीख उहदा उबाल सरगर्मियां उत्थों दी चलदियां होईयां इत्थे तक भी पहुँचदियां हन साडे NRI भरा की सोचदे हन दिस इज़ द टाइम टू स्टैंड विद द फार्मर्स टू लिसन देयर वॉइस टू लिसन देयर प्रॉब्लम्स we have to understand they are in a need right now and they want that we should stand together assi NRI bhara unna de naal modde de naal modda mila ke khade hoiye aur kahiye sat samundro paar aayi awaaz kisan kisani nu bachavange paave ho jaye sada bura haal mere panelists jehde mere naal maujood ne sidha unna de kol la ke chalda गुरमीत सिंह मुल्लापुर जो कि इंडियन ओवरसीज़ कांग्रेस दे बुलारे हैं उन्होंने मैं इस मंच के उत्ते स्वागत करदा सतपाल सिंह बराड़ जो कि श्रोमणी अकाली दल के चीफ स्पोक्समैन हैं सीनियर बुलारे हैं उन्होंने मैं इस मंच के उत्ते स्वागत करदा दोवां नूं मैं जरूर कई सारे सवाल पूछांगा उन्हां सवालों के उन्हां दा पार्टी के स्टैंड होणगे उन्हां दा आप दा निजी स्टैंड होएगा वो पार्टी बाद च हन NRI-आं दे तौर ते वो अज की पक्ष रखणगे किसानी दे नाल दोवां दा सीधे तौर पर राबता रहा वो भी अज असी जानांगे कि अज उन्हां दे उत्ते की बीत रही है मैं सब तो पहला सवाल सतपाल सिंह बराड़ होरां तो करना चाहवांगा बराड़ साहब तुहाडा इस मंच दे उत्ते स्वागत है वाहिगुरू जी का खालसा वाहिगुरू जी की फतेह वाहिगुरू जी का खालसा वाहिगुरू जी की फतेह आलू वाले साहब मेरे वालों आप जी नूं आप जी दे सारे माण मत्ते श्रोतियां नूं बहुत प्यार सत्कार सहित गुरफतेह जी मुल्लापुर साहब तुहाडा भी इस मंच दे उत्ते स्वागत है वाहेगुरु जी का खालसा वाहेगुरु जी की फतेह वाहेगुरु जी का खालसा वाहेगुरु जी की फतेह जी गुरमीत सिंह जी ते सतपाल सिंह बराड़ जी मैं सब तो पहला सवाल सतपाल सिंह होरां तों लैना चाहवांगा बराड़ साहब सानू यह समझाओ बीबी ने इस्तीफा दिता असीं इस गल नूं मंनदे हां कि तुहानू नहीं लगता कि पहला जब इस बिल दे उत्ते विचार हो रहे सीगे सदन दे विच तां बीबी तां अपना स्टैंड लैंदी सब तो पहला तो ये गल एज NRI कहवा जै किसान दे पुत्र दे तौर ते कहवा तां जिहड़े बिल ये पास होए है तिने आर्डिनेंस पास होए है और जिस तरीके नाल कीते गए है और जिस शासन अधीन जो करोना दे नाल सारा भारत बंद पिया उस दौरान ये अंदर खाते जो वड्डी चाल चली गई पंजाब दे नाल जो पंजाब दे किसान पंजाबीयत पंजाब दे मजदूर हर पंजाबी दे पैके दे छुरा मारिया गया केंद्र दी सरकार वल्लों उहदे ते सानूं बहुत अफसोस है बहुत दुख है बहुत पछतावा है कि असीं इहो जी पार्टी दा साथ दिंदे रहे हैं हुण मैं श्रोमणी अकाली दल दे तौर ते जे आपदा पक्ष रखना चाहवां ते इहो बेनती करूंगा कि बीबा हरसिमरत कौर बादल उह बठिंडे तों ਤੀਜੀ ਵਾਰ ਜਿੱਤ ਕੇ ਆਏ ਆ ਉਹਨਾਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਸੀਗੀ ਉੱਥੋਂ ਉਹਨਾਂ ਕੋਲੇ ਅਹੁਦਾ ਸੀਗਾ ਕੇਂਦਰ ਦੇ ਵਿੱਚ ਖੇਤੀ ਨਾਲ ਜੁੜਿਆ ਹੋਇਆ ਜਿਹੜਾ ਪੰਜਾਬ ਦਾ ਸਿੱਧਾ ਰਿਲੇਟਡ ਹੈ ਉਹਨਾਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਨਿੱਜੀ ਤੌਰ ਤੇ ਪਾਰਟੀ ਲੈਵਲ ਤੇ ਹਰ ਨੈਗੋਸ਼ੀਏਸ਼ਨ ਤੇ ਕੋਸ਼ਿਸ਼ ਕੀਤੀ ਗਈ ਪਰ ਜਦੋਂ ਬਿਲਕੁਲ ਕੋਈ ਵੀ ਹਿੱਲਾ ਨਾ ਬਚਿਆ ਤਾਂ ਅਸੀਂ ਇਹਨਾਂ ਕੁਰਸੀਆਂ ਨੂੰ ਇਹਨਾਂ ਤਖਤਾਂ ਤਾਜਾਂ ਨੂੰ ਲੱਤ ਮਾਰ ਕੇ ਆਪਦੇ ਪੰਜਾਬ ਦੇ ਉਹਨਾਂ ਕਿਸਾਨਾਂ ਨਾਲ ਖੜੇ ਹੈ ਜਿਹੜੇ ਸਾਰੇ ਭਾਰਤ ਦਾ ਅੰਨਦਾਤਾ ਔਰ ਜਿਹੜੇ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਰੀੜ ਦੀ ਹੱਡੀ ਹੈ ਬਰਾੜ ਸਾਹਿਬ ਉਹਦੇ ਨਾਲ ਮੈਂ ਆਵਾਂਗਾ ਤੁਸੀਂ ਖੜੇ ਹੋ ਠੀਕ ਹੈ ਆਈ ਅੰਡਰਸਟੈਂਡ ਬਰਾੜ ਸਾਹਿਬ ਮੈਂ ਤੁਹਾਡੇ ਓਪਨਿੰਗ ਕਮੈਂਟ ਸੁਣ ਲਏ ਨੇ
मैं इतने गुरमीत सिंह मुलापुर होरां नूं भी सुनना चाहुंदा, उस तों बाद असीं जरूर तुहाडे तों सवाल भी लवांगे। गुरमीत सिंह मुलापुर जी, तुहाडे ओपनिंग कमेंट जानना चाहांगा, कांग्रेस पार्टी का की स्टैंड है, एज एन NRI तुहाडा आप का की निजी स्टैंड है? देखो गल अपने आलूवालिया साहब, मैं बराड़ साहब की गल सुन रहा सी, जिहड़ी कांग्रेस पार्टी है, मैं कांग्रेस पार्टी नूं छड्डो, खासकर जिहड़ा कैप्टन अमरिंदर सिंह का जिहड़ा स्टैंड आ उस स्पष्ट आ। पहलां भी पंजाब के पाणियां ते जदों तुहानूं पता ही होना 2002 तों 2007 दे विच जदों प्रॉब्लम होई सी, सुप्रीम कोर्ट ने आर्डर करता सी कि CRPF सेंटर फोर्स ला के नहर कढ़ी जावे, उस टाइम भी कैप्टन साहब ने अपने विधानसभा च मता पास करके और पाणियां दे मते रद्द करते सेंटर दे, हालांकि उन्होंने कुर्सी भी खतरे च पै गई सी, 6 महीने कांग्रेस की हाईकमांड ने उन्होंने फोन चकना बंद करता सी। ਉਹ ਕੈਪਟਨ ਸਾਹਿਬ ਨੇ ਜਿਹੜੇ ਅੱਜ ਦੀ ਟਾਈਮ ਦੇ ਵਿੱਚ ਪੰਜਾਬ ਦੇ ਪਾਣੀਆਂ ਦੇ ਰਾਖੇ ਵੀ ਬਣੇ, ਉਹ ਅੱਜ ਵੀ ਕਿਸਾਨਾਂ ਦੇ ਨਾਲ 31 ਜਥੇਬੰਦੀਆਂ ਨੇ, ਤੁਹਾਨੂੰ ਪਤਾ ਹੋਊਗਾ ਉਹਨਾਂ ਨਾਲ ਮੀਟਿੰਗ ਕੀਤੀ ਆ ਬਈ, ਉਹ ਉਹਨਾਂ ਨੇ ਕਿਹਾ ਵਾ ਵੀ ਜੋ ਵੀ ਕਰਨਾ ਪਊਗਾ, ਹੁਣ ਅਸੀਂ ਵਿਧਾਨ ਸਭਾ ਦੇ ਵਿੱਚ ਮਤਾ ਵੀ ਲਿਆ ਰਹੇ ਹਾਂ, ਉਹਨੂੰ ਤਾਂ ਰੱਦ ਕਰਾਂਗੇ ਕਰਾਂਗੇ, ਪਰ ਜਦੋਂ ਰਾਸ਼ਟਰਪਤੀ ਨੇ ਵੀ ਸਾਈਨ ਕਰਤੇ ਤੁਹਾਨੂੰ ਪਤਾ ਕਾਲਾ ਕਾਨੂੰਨ ਬਣ ਗਿਆ। ਇਹ ਆਲੂਵਾਲੀਆ ਸਾਹਿਬ ਅੱਜ ਗੱਲ ਆ ਵੀ ਇਹ ਜਿਹੜਾ ਸਮਾਂ ਨਾ, ਇਹ ਸਮਾਂ ਇਹੋ ਜਿਹਾ ਵਾ ਵੀ ਪਾਰਟੀ ਪੱਧਰ ਤੋਂ ਉੱਤੇ ਉੱਠ ਕੇ ਲੜਾਈ ਲੜਨ ਵਾਲਾ ਸਮਾਂ, ਮੋਦੀ ਦੀ ਜਿਹੜੀ ਸੋਚ ਆ ਘੱਟ ਗਿਣਤੀਆਂ ਪ੍ਰਤੀ ਉਹ ਉਜਾਗਰ ਹੋ ਰਹੀ ਆ। ਪਹਿਲਾਂ ਉਹਨੇ J&K ਦਾ ਨੰਬਰ ਲਾਇਆ, 370 ਖਤਮ ਕੀਤੀ, ਸਾਨੂੰ ਐਂ ਲੱਗਿਆ ਵੀ ਪਤਾ ਨਹੀਂ ਚਲੋ J&K ਦੇ ਉੱਤੇ ਪ੍ਰੋਬਲਮ ਆਈ ਆ, ਅਸੀਂ ਅੱਖਾਂ ਮੀਚ ਕੇ ਸੁੱਤੇ ਰਹੇ, ਔਰ ਉਦੋਂ ਬਾਅਦ ਤੁਹਾਨੂੰ ਪਤਾ ਲੱਗਿਆ ਨੰਗੇ ਹੋ ਕੇ ਉੱਧਰ ਕੇਰਲਾ ਦੇ ਕਿਸਾਨਾਂ ਨੇ, ਤਲਗਾਨਾ ਦੇ ਕਿਸਾਨਾਂ ਨੇ ਨੰਗੇ ਹੋ ਕੇ ਦਿੱਲੀ 'ਚ ਮੁਜ਼ਾਹਰਾ ਕੀਤਾ, ਅਸੀਂ ਉਦੋਂ ਵੀ ਸਮਝਿਆ ਪੰਜਾਬ ਦੇ ਕਿਸਾਨਾਂ ਨੇ ਵੀ ਪਤਾ ਨਹੀਂ ਚਲੋ ਬਾਹਰਲੀਆਂ ਸੀਟਾਂ ਦੇ ਪ੍ਰੋਬਲਮ ਆਈ ਆ, ਪਰ ਸਾਨੂੰ ਪਤਾ ਨਹੀਂ ਸੀ ਵੀ ਸਾਡਾ ਵੀ ਨੰਬਰ ਲੱਗਣ ਵਾਲਾ ਪੰਜਾਬ ਦਾ। ਠੀਕ ਹੈ, ਮੈਂ ਇੱਕ ਮਿੰਟ ਆਲੂ ਵਾਲੀ, ਬਸ ਇੱਕ ਮਿੰਟ, ਜਿਹੜਾ ਤੁਸੀਂ ਗੱਲ ਕੀਤੀ ਅਕਾਲੀ ਦਲ ਦੀ, ਬਰਾੜ ਸਾਹਿਬ ਦਾ ਮੈਂ ਬੜਾ ਸਤਿਕਾਰ ਕਰਦਾ, ਸਾਡੇ ਵੱਡੇ ਭਰਾ ਨੇ, ਪਰ ਜਿਹੜੀ ਅਕਾਲੀ ਦਲ ਨੇ ਜੋ ਰੋਲ ਕੀਤਾ ਨਾ, ਇਹ ਬੜਾ ਮਾੜਾ ਕੀਤਾ, ਕਿਉਂਕਿ ਅਕਾਲੀ ਦਲ ਜਿਹੜਾ 4 ਦਿਨ ਪਹਿਲਾਂ ਇਸ ਮਤੇ ਦੀ ਸਪੋਰਟ ਕਰਦਾ ਰਿਹਾ, ਇਹ ਕਹਿੰਦੇ ਰਹੇ ਕਿ ਇਹ ਮਤਾ ਬੜਾ ਵਧੀਆ, ਇਹ ਕਿਸਾਨਾਂ ਦੇ ਹੱਕ 'ਚ ਆ, ਔਰ ਈਵਨ ਕਿ ਹਰਸਿਮਰਤ ਨੇ ਜਦੋਂ ਅਸਤੀਫਾ ਦਿੱਤਾ ਉਦਣ ਵੀ ਕਹਿੰਦੀ ਆ ਬਈ ਇਹ ਜਿਹੜਾ ਮਤਾ ਮੈਂ ਅਸਤੀਫਾ ਤਾਂ ਦੇਤਾ, ਪਰ ਇਹ ਜਿਹੜਾ ਮਤਾ ਵਾ ਇਹ ਮੈਂ ਇਸ ਕਰਕੇ ਜਿਹੜਾ ਅਸਤੀਫਾ ਦੇਤਾ, ਪਰ ਜਿਹੜੇ ਕਾਨੂੰਨ ਨੇ ਇਹ ਕਿਸਾਨਾਂ ਦੇ ਹੱਕ 'ਚ ਨੇ, ਪਰ ਅਸੀਂ ਸਮਝਾਉਣ 'ਚ ਕਾਮਯਾਬ ਨਹੀਂ ਹੋਏ। ਪਰ ਦੇਖੋ ਗੱਲ ਆ, ਇਹ ਗੱਲਾਂ ਨਹੀਂ ਚੰਗੀਆਂ, ਮੈਂ ਅੱਜ ਅਕਾਲੀ ਦਲ ਨੂੰ ਵੀ ਕਹਿੰਦਾ ਦੇਰ ਆਏ ਦਰੁਸਤ ਆਏ, ਅੱਜ ਜਿਹੜਾ ਇਹਨਾਂ ਨੇ ਸਟੈਂਡ ਲਿਆ ਅਸੀਂ ਵੈਲਕਮ ਕਰਦੇ ਹਾਂ, ਭਾਜਪਾ ਨੂੰ ਤੋੜ ਵਿਛੋੜਾ ਕੀਤਾ, ਪਰ ਦਿਲੋਂ ਕਰੋ ਨਾ ਕਿ ਉੱਪਰੋਂ ਕਰੋ। ਬਿਲਕੁਲ ਸਹੀ ਗੱਲ ਹੈ ਜੀ, ਅੱਧ ਵਿਚਾਲਾ ਨਾ ਰੱਖੋ, ਅੱਜ ਪੰਜਾਬੀਆਂ ਨਾਲ ਖੜਨ ਦਾ ਟਾਈਮ ਆ, ਅੱਗ ਜੇ ਤੁਸੀਂ ਮੈਂ ਅੱਜ ਤੁਹਾਨੂੰ ਤੁਸੀਂ ਕਹਿੰਦੇ ਨਿੱਜੀ ਭਾਵਨਾ, ਮੇਰੀ ਨਿੱਜੀ ਭਾਵਨਾ ਸੁਣੋ ਤੁਹਾਨੂੰ ਨਿੱਜੀ ਦੀ, ਮੈਂ ਕੋਈ ਕਾਂਗਰਸ ਪਾਰਟੀ ਦਾ ਬੁਲਾਰੇ ਵਜੋਂ ਨਹੀਂ, ਹੁਣ ਮੈਂ ਨਿੱਜੀ ਭਾਵਨਾ ਦੱਸਣ ਲੱਗਿਆ ਆਪਣੀ, ਮੇਰੀ ਨਿੱਜੀ ਭਾਵਨਾ ਇਹ ਆ ਅੱਜ ਪੰਜਾਬ ਬਚਾ ਲਓ, ਜੇ ਪੰਜਾਬ ਬਾਜੂ ਸਿਆਸਤਾਂ ਕਰੀ ਜਾਏ ਉਬਾਦ ਦੇ ਵਿੱਚ, ਉਦੋਂ ਬਾਅਦ ਤੁਹਾਡੇ ਕੋਲ ਬੜਾ ਟਾਈਮ ਆ ਸਿਆਸਤਾਂ ਕਰਨ ਨੂੰ, ਅੱਜ ਪੰਜਾਬ ਬਚਾ ਲਓ, ਜੇ ਪੰਜਾਬ ਨਾ ਬਚੇ ਤੁਹਾਡੀਆਂ ਸਿਆਸਤਾਂ ਵੀ ਨਹੀਂ ਬਚਣੀਆਂ। ਔਰ ਤੁਸੀਂ ਅੱਜ ਜ਼ਿਮੀਦਾਰ, ਮੈਨੂੰ ਪਤਾ ਮੈਂ ਖੁਦ ਖੇਤੀ ਕਰਦਾ ਰਿਹਾ, ਮੈਂ 1996 ਦੇ ਵਿੱਚ ਇੱਥੇ ਆਇਆ ਆਲੂਵਾਲੀਆ ਸਾਹਿਬ, ਮੈਂ ਖੁਦ ਖੇਤੀ ਕੀਤੀ ਆ, ਅੱਜ ਜਿਹੜੇ ਸਾਡੇ ਆਪਦੇ ਖੇਤਾਂ ਨਾਲ ਜਿਹੜਾ ਸਾਡਾ ਪਿਆਰ ਆ, ਮੈਨੂੰ ਪਤਾ ਵਾ ਜੱਟ ਦਾ ਪੁੱਤ ਜ਼ਮੀਨ ਬਣਾ ਨਹੀਂ ਰਹਿ ਸਕਦਾ ਕੁਛ ਵੀ ਹੋਵੇ, ਪਰ ਅੱਜ ਜਿਹੜੀਆਂ ਸਾਡੀਆਂ ਜ਼ਮੀਨਾਂ ਨਾ ਰਹੀਆਂ, ਸਾਡੀ ਇੱਜ਼ਤ ਹੀ ਨਾ ਰਹੀ, ਅਸੀਂ ਕੀ ਕਰਾਂਗੇ ਯਾਰ ਬਾਅਦ 'ਚ ਪੰਜਾਬ ਹੀ ਜੇ ਬੈ ਗਿਆ। ਬਿਲਕੁਲ 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 ਬਿਲਕੁਲ, ਮੈਂ ਤੁਹਾਡੇ ਨਾਲ ਸਹਿਮਤੀ ਰੱਖਦਾ ਬਰਾੜ ਸਾਹਿਬ, ਮੈਂ ਤੁਹਾਨੂੰ ਵੀ ਸੁਣਾਂਗਾ, ਕੋਈ ਤਾਂ ਬੈਠੀ ਹੈ ਵੱਡੀ ਬਿੱਲੀ, ਲੈ ਗਿਆ ਪੰਜਾਬ, ਹੁਣ ਕਿੱਥੇ ਜਾਏਗੀ ਸਾਡੀ ਦਿੱਲੀ, ਮੈਂ ਇਸ ਗੱਲ ਨੂੰ ਜ਼ਰੂਰ ਮੰਨਾਂਗਾ, ਲੈ ਗਿਆ ਪੰਜਾਬ, ਪੰਜਾਬ ਜਾ ਚੁੱਕਿਆ ਇਸ ਟਾਈਮ ਬਰਾੜ ਸਾਹਿਬ, ਹੁਣ ਕੋਈ ਫਾਇਦਾ ਨਹੀਂ, ਭਾਵੇਂ ਤੁਸੀਂ ਜਿੰਨੇ ਮਰਜ਼ੀ ਰੈਜ਼ਿਗਨੇਸ਼ਨ ਦੇਵੋ, ਕਿਸਾ ਪੰਜਾਬ ਦੇ ਕੋਲ ਇੱਕ ਹੀ ਚੀਜ਼ ਬਚੀ ਸੀਗੀ, ਔਰ ਸਾਡੇ ਦਰਸ਼ਕ ਸਮਝਾਉਂਦੇ ਸੀਗੇ ਬਚਾ ਲਓ ਕਿਸਾਨੀ, ਇਹੀ ਸਾਡੇ ਕੋਲ ਇੱਕ ਵਿਰਾਸਤ ਹੈਗੀ ਹੈ ਜੋ ਕਿ ਸਾਨੂੰ ਲੰਬੇ ਸਮੇਂ ਤੋਂ ਸਾਡੇ ਕੋਲ ਮੌਜੂਦ ਸੀਗੀ, ਉਹ ਵੀ ਚੱਲ ਗਈ ਹੈ ਹੁਣ। ਬਰਾੜ ਸਾਹਿਬ ਮੈਨੂੰ ਲੱਗਦਾ ਕਿ ਕੋਈ, ਮੈਂ ਲਿਆਵਾਂਗਾ ਤੁਹਾਨੂੰ ਬ੍ਰੇਕ ਤੋਂ ਬਾਅਦ, ਜ਼ਰੂਰ ਸੁਣਾਂਗਾ, ਫਿਲਹਾਲ ਇੱਕ ਬ੍ਰੇਕ ਲਈ ਰੁਕ ਰਿਹਾ, ਔਰ ਬ੍ਰੇਕ ਤੋਂ ਬਾਅਦ ਇਸ ਦੇ ਉੱਤੇ ਜ਼ਰੂਰ ਅਸੀਂ ਵਿਚਾਰ ਕਰਾਂਗੇ, ਜਿਹੜੇ ਸਾਡੇ ਅੱਜ ਭਰਾ ਕਹਿੰਦੇ ਹਨ ਮੈਂ ਹਾਂ ਕਿਸਾਨ, ਮੈਨੂੰ ਹੋ ਰਹੀ ਹੈ ਪਰੇਸ਼ਾਨੀ, ਮੇਰੀ ਕੋਈ ਤਾਂ ਸੁਣ ਲਵੋ, ਮੈਨੂੰ ਕਿਸ ਗੱਲ ਦੀ ਸੀਗੀ ਪਰੇਸ਼ਾਨੀ, ਅੱਜ ਮੇਰੇ ਦਿਲ ਦੀਆਂ ਗੱਲਾਂ ਆਉਂਦੀਆਂ ਹਨ ਸਾਹਮਣੇ, ਆ ਗਿਆ ਨੋਟਿਸ ਦਿੱਲੀ ਤੋਂ, ਜਿਹੜਾ ਮੇਰਾ ਘਰ ਦਾ ਚੂਲਾ ਨਹੀਂ ਜਲਾ ਸਕਦਾ, ਹੁਣ ਇਸ ਗੱਲ ਨੂੰ ਅੱਜ ਕੋਈ ਤਾਂ ਮੇਰੇ ਕੋਲ ਬਹਿ ਕੇ ਸੁਣ ਲਵੋ, ਇਹ ਅੱਜ ਕਿਸਾਨ ਵਿਚਾਰਾ ਆਪਣੇ ਦੁੱਖ ਆਪਣੇ ਦਰਦ ਹਰ ਕਿਸੇ ਨੂੰ ਕਹਿ ਰਿਹਾ,
लेकिन मैनू लगता इस दे उत्ते सिर्फ सियासी रोटियां ही सेकियां जा रही हैं। करांगे इस दे उत्ते विचार, यही है अज दा मुद्दा। ब्रेक के बाद स्वागत है। गल हो रही है इतने फार्मर्स ऑर्डिनेंस बिल नूं लैके, किसानी बिल नूं लैके पंजाब दे विच लगातार प्रोटेस्ट जिहड़े ने चल रहे हैं। बकायदा जिहड़े रेलवे ट्रैक ने वह भी रोके गए, उन्हां दे उत्ते प्रोटेस्ट किए गए और मिशन यही हैगा कि हुण इस बिल नूं जिहड़ा हैगा वह घटो घट पंजाब दे विच लागू ना कराया जाए। लेकिन हुण कोई फायदा उहदा हैगा नहीं क्योंकि ऑलरेडी ऑर्डिनेंस बिल पास हो चुके हैं। पर पंजाब सरकार कहती है कि असी सुप्रीम कोर्ट जावांगे और उस मुद्दे नूं भी असी समझ दे उत्ते लैके आए सीगे कि वाकई सुप्रीम कोर्ट जाके यह बिल रुक सकता हैगा, पंजाब दे विच स्टेट दे कोल पावर हैगी है कि नहीं, एक वड्डा सवाल बनता है। सवाल यह भी बनता है कि बीजेपी जिहड़ी हैगी है पंजाब दे विच ओह इस नूं लैके जशन जरूर मना रही है और वख-वख पार्टियां इस दे उत्ते सियासी रोटियां भी सेक रही हैं। उस दे बावजूद NRI भरा जिहड़े ने ओह भी अपनी सपोर्ट जिहड़ी है हुण उन्होंने शुरू कर दी है। कई सारी सिख जथेबंदियां ने न्यूयॉर्क दे विच भी UN हैडक्वार्टर के सामने मोर्चा लाया और इस बिल दे उत्ते अपनी आवाज़ बुलंद भी की। मेरे नाल पैनलिस्ट भी मौजूद ने, उन्होंने भी मैं तुहानू ब्रेक तो पहला तारुफ कराया सीगा, सीधा उन्होंने कोल लैके चलते हैं, उन्होंने जानने की कोशिश करते हैं। ब्राड साहब, जब मैं कहा कोई तो बैठी है वड्डी बिल्ली लै गया पंजाब दिल्ली, इस गल नूं मान दिओ? ਬ੍ਰੇਕ ਤੋਂ ਪਹਿਲਾਂ ਮੇਰੇ ਛੋਟੇ ਵੀਰ ਗਿੱਲ ਸਾਹਿਬ ਪ੍ਰਧਾਨ ਸਾਹਿਬ ਨੇ ਇੱਕ ਸਵਾਲ ਕੀਤਾ ਸੀ ਪਾਣੀਆਂ ਬਾਰੇ, ਮੈਂ ਇਹਨਾਂ ਨੂੰ ਥੋੜਾ ਯਾਦ ਕਰਾ ਦਿਆਂ ਕਿ SYL ਦੇ ਤੱਕ ਨਹਿਰ ਨੂੰ ਤੱਕ ਲਾਉਣ ਲਈ ਸੋਨੇ ਦੀ ਕਹੀ ਲਿਜਾਣ ਵਾਲੇ ਕੈਪਟਨ ਅਮਰਿੰਦਰ ਸਿੰਘ ਸਨ। ਨੰਬਰ 2 ਪੰਜਾਬ ਦੀ ਹੈ ਬ੍ਰਾਦਰ ਸਾਹਿਬ, ਹੁਣ ਆਪਾਂ SYL ਤਾਂ ਪਾਣੀ ਤਾਂ ਗਿਆ ਨਾ ਆਲਰੇਡੀ, ਇੰਦਰਾ ਗਾਂਧੀ ਪਾਣੀ ਵੀ ਗਿਆ, ਤੁਸੀਂ ਬੀਜੇਪੀ ਦੇ ਨਾਲ ਭਾਈਵਾਲ ਰਹੇ, ਕਿਸਾਨੀ ਵੀ ਗਈ, ਜਵਾਨੀ ਵੀ ਗਈ। ਜਿਹੜੀ ਇੰਦਰਾ ਗਾਂਧੀ ਕਨਾਲ ਹੈ ਜਿਹੜੀ ਰਾਜਸਥਾਨ ਨੂੰ ਪਾਣੀ ਜਾਂਦਾ ਪੰਜਾਬ ਦੇ ਹੈਕ ਵਿੱਚ ਜੀ, ਉਹਦਾ ਇੰਦਰਾ ਗਾਂਧੀ ਨੇ ਉਹਨੂੰ ਲਾਗੂ ਕੀਤਾ ਸੀ। ਨੰਬਰ 3 ਪੰਜਾਬ ਦੇ ਵਿੱਚ ਜੇ ਸ਼੍ਰੋਮਣੀ ਅਕਾਲੀ ਦਲ ਨੇ ਸੁਪਰੀਮ ਕੋਰਟ 'ਚ ਕੇਸ ਪਾਇਆ ਤਾਂ ਦਰਬਾਰਾ ਸਿੰਘ ਮੁੱਖ ਮੰਤਰੀ ਨੂੰ ਘੁਰਕੀ ਦੇ ਕੇ ਵਾਪਸ ਕਰਾਇਆ ਕੇਸ ਇੰਦਰਾ ਗਾਂਧੀ ਨੇ। ਸੋ ਇਹ ਤਾਂ ਇਤਿਹਾਸ ਹੈ, ਮੈਂ ਮੰਨਦਾ ਪਾਰਟੀਆਂ ਤੋਂ ਸਾਤੋਂ ਵੀ ਗਲਤੀਆਂ ਹੋਈਆਂ ਹੋਣਗੀਆਂ, ਪਰ ਇਸ ਮੌਕੇ ਮੈਂ ਇਹ ਗੱਲ ਜ਼ਰੂਰ ਯਾਦ ਕਰਾਉਣਾ ਕਿ ਸ਼੍ਰੋਮਣੀ ਅਕਾਲੀ ਦਲ ਭਲਾ ਕੋਈ ਵੀ ਕੁਰਬਾਨੀ ਕਰਨੀ ਪਵੇ, ਕਿਸੇ ਵੀ ਕੰਮ ਦਾ ਸੰਘਰਸ਼ ਵਿੱਢਣਾ ਪਵੇ, ਅੱਜ ਦਾ ਤੁਸੀਂ ਵੇਖ ਲਓ ਲੱਖਾਂ ਦੀ ਤਾਦਾਦ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਸਾਰਾ ਪੰਜਾਬ ਲੈ ਕੇ ਚੰਡੀਗੜ੍ਹ ਬਰੂਹਾਂ ਤੇ ਖੜੇ ਗਵਰਨਰ ਦੇ, ਉਹਦੇ ਨਾਲ ਕੀ ਹੋਊਗਾ? ਮੈਂ ਇੱਥੇ ਅਸੀਂ ਰਾਜਨੀਤੀ ਨਹੀਂ ਕਰ ਰਹੇ ਗੇ, ਉਹਦੇ ਨਾਲ ਕੀ ਹੋਊਗਾ? ਜਦ ਸਦਨ ਦੇ ਵਿੱਚ ਆ ਬਿੱਲ ਪਾਸ ਹੋ ਰਿਹਾ ਸੀਗਾ ਤਾਂ ਤੁਸੀਂ ਗਵਰਨਰ ਦੇ ਬੂਹੇ ਦੇ ਮੂਹਰੇ ਖੜਦੇ, ਸੁਪਰੀਮ ਕੋਰਟ ਜਾਂਦੇ, ਰਾਸ਼ਟਰਪਤੀ ਦੇ ਘਰ ਦੇ ਸਾਹਮਣੇ ਰਾਸ਼ਟਰਪਤੀ ਭਵਨ ਦੇ ਅੱਗੇ ਧਰਨੇ ਲਾਉਂਦੇ, ਤਾਂ ਤਾਂ ਗੱਲ ਸਮਝ ਨਹੀਂ ਹੁੰਦੀ। ਹੁਣ ਤਾਂ ਲੱਗ ਰਿਹਾ ਕਿ ਤੁਸੀਂ ਬਸ ਸਿਆਸੀ ਰੋਟੀਆਂ ਸੇਕ ਰਹੇ ਹੋ ਬਰਾੜ ਸਾਹਿਬ। ਇਹ ਸੰਘਰਸ਼ ਦੀ ਸ਼ੁਰੂਆਤ ਹੈ ਸ਼੍ਰੋਮਣੀ ਅਕਾਲੀ ਦਲ, ਅਸੀਂ ਉੱਥੇ ਵੋਟ ਪਾਈ ਠੋਕ ਕੇ ਅਪੋਜਿਟ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਵੇਂ ਉਹਦੇ ਚੋਂ ਬਾਹਰ ਸੀ ਉਸ ਮੌਕੇ, ਇਹ ਔਨ ਦਾ ਰੈਕਡ ਹੈ। ਸ਼੍ਰੋਮਣੀ ਅਕਾਲੀ ਦਲ ਅੱਜ ਸਾਰੇ ਆਪਦੇ ਪੂਰੇ ਕੇਡਰ ਦੇ ਸਮੇਤ, ਗੁਰਮੀਤ ਸਿੰਘ ਜੀ ਸਾਰੀਆਂ ਪਾਰਟੀਆਂ ਨੂੰ, ਕਾਂਗਰਸ ਨੂੰ ਵੀ, ਆਮ ਆਦਮੀ ਪਾਰਟੀ ਨੂੰ ਠੀਕ ਹੈ। ਜਦ ਹਰਸਿਮਰਤ ਕੌਰ ਬਾਦਲ ਨੇ, ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਬਾਦਲ ਹੋਰਾਂ ਨੇ ਪੰਜਾਬ ਦੇ ਵਿੱਚ MP ਦੀਆਂ ਚੋਣਾਂ ਲੜੀਆਂ ਤਾਂ ਤੁਹਾਡੀ ਭਾਈਵਾਲ ਸੀਗੀ, ਕੀ ਹੁਣ ਸੁਖਬੀਰ ਬਾਦਲ, ਹਰਸਿਮਰਤ ਕੌਰ ਬਾਦਲ ਆਪਣੇ MP ਅਹੁਦੇ ਤੋਂ ਵੀ ਅਸਤੀਫਾ ਦੇਣਗੇ? ਤੁਹਾਡਾ ਬਿਲਕੁਲ ਸਹੀ ਸਵਾਲ ਹੈ, ਹੁਣ ਇਹਦਾ ਉੱਤਰ ਇਹ ਹੈ ਕਿ ਸਾਨੂੰ ਜੇ ਅਸੀਂ ਜਿੱਤੇ ਹਾਂ ਦੋਵੇਂ ਸੀਟਾਂ ਸਾਡੀਆਂ, ਇਹ ਮਾਲਵੇ ਦੀਆਂ ਸੀਟਾਂ ਹੈ, ਸ਼੍ਰੋਮਣੀ ਅਕਾਲੀ ਦਲ ਦੀਆਂ ਸੀਟਾਂ ਹੈ, ਅਸੀਂ ਸ਼੍ਰੋਮਣੀ ਅਕਾਲੀ ਦੇ ਕੇਡਰ ਨੇ ਜਿੱਤੇ ਹਾਂ, ਅਸੀਂ ਵੋਟਰਾਂ ਨੂੰ ਜਵਾਬ ਦੇ ਹਾਂ, ਅਸੀਂ ਸਾਨੂੰ ਅਸਤੀਫੇ ਦੇਣ ਦੀ ਕੋਈ ਲੋੜ ਨਹੀਂ, ਬਲਕਿ ਅਸੀਂ ਮੈਂਬਰ ਪਾਰਲੀਮੈਂਟ ਦੇ ਅਹੁਦਿਆਂ ਦੀ ਵਰਤੋਂ ਕਰਕੇ ਜੋ ਦਬਾਅ ਪਾ ਸਕੇ, ਉਸ ਟਾਈਮ ਦਾ ਦਬਾਅ ਤੁਸੀਂ ਪਾ ਨਹੀਂ ਸਕੇ, ਹੁਣ ਕੀ ਦਬਾਅ ਪਾਓਗੇ ਬਰਾੜ ਸਾਹਿਬ? I think it doesn't make a sense right now, ਬਰਾੜ ਸਾਹਿਬ। ਗੁਰਮੀਤ ਸਿੰਘ ਜੀ, ਤੁਸੀਂ ਵੀ ਬਹੁਤ, ਗੁਰਮੀਤ ਸਿੰਘ ਜੀ ਜਾਣਦੇ ਹੋ, ਹਾਂਜੀ ਹਾਂਜੀ, ਮੁੱਲਾਪੁਰ ਸਾਹਿਬ ਕੀ ਕਹਿਣਾ ਚਾਹੋਗੇ? ਹਾਂਜੀ, ਕਰਦੇ ਸੀ ਬੀਜੇਪੀ ਦਾ ਕੀ ਜੀ ਕੀ ਹੈ ਜੀ? ਅੱਛਾ, ਗੱਲ ਆਲੂਵਾਲ ਸਾਹਿਬ, ਮੈਂ ਸ਼ੁਰੂ ਤੋਂ ਇੱਕ ਗੱਲ ਸ਼ੁਰੂ ਕਰੂੰਗਾ
ਵੀ ਬਰਾੜ ਸਾਹਿਬ ਨੇ ਸਾਡੇ ਭਰਾ ਨੇ ਕਿਹਾ ਵੀ ਕੈਪਟਨ ਸਾਹਿਬ ਨੇ ਚਾਂਦੀ ਦੀ ਕਹੀ ਦਿੱਤੀ ਸੀ ਠੀਕ ਆ ਮੈਂ ਕਹਿੰਦਾ ਮੰਨਦੇ ਆ ਕੈਪਟਨ ਸਾਹਿਬ ਤੋਂ ਉਸ ਟਾਈਮ ਗਲਤੀ ਹੋ ਗਈ ਤਾਂ ਬਾਅਦ ਚ ਬਾਅਦ ਚ ਬਾਦਲ ਸਾਹਿਬ ਨੇ 2 ਕਰੋੜ ਰੁਪਈਆ ਚਟਾਲਿਆਂ ਤੋਂ ਲੈ ਕੇ ਉਹ ਬਾਅਦ ਦੇ ਵਿੱਚ ਨਹਿਰ ਦੀ ਮਨਜ਼ੂਰੀ ਬਾਦਲ ਸਾਹਿਬ ਨੇ 2 ਕਰੋੜ ਰੁਪਈਆ ਲਿਆ ਸੀ ਕਿਉਂਕਿ ਉਹ ਤੋਂ ਬਾਅਦ ਇਹਨਾਂ ਨੇ ਬਾਲਾ ਸਰ ਫਾਰਮ ਨੂੰ ਸਿੱਧੀ ਨਹਿਰ ਗਈ ਸੀ ਚਲੋ ਉਹਨਾਂ ਨੂੰ ਛੱਡ ਦੋ ਹੁਣ ਇਹ ਨਾ ਦੋਨਾਂ ਮੈਂ ਨੀ ਕਹਿੰਦਾ ਅੱਜ ਦੀ ਟਾਈਮ ਇਹ ਸਿਆਸਤ ਕਰਨ ਦੀ ਲੋੜ ਆ ਕਿਉਂਕਿ ਮੈਂ ਅੱਜ ਜਿਹੜੀ ਅੱਜ ਸਹੀ ਪੋਜੀਸ਼ਨ ਆ ਇਹ ਇਹ ਆ ਵੀ ਅੱਜ ਆਪਾਂ ਪੰਜਾਬ ਬਚਾ ਲਈਏ ਕਿਵੇਂ ਬਚਾਵਾਂਗੇ ਪੰਜਾਬ ਤੁਹਾਨੂੰ ਮੈਂ ਦੱਸਦਾ ਨਾ ਪੰਜਾਬ ਤਾਂ ਇੱਕ ਗੱਲ ਤਾਂ ਬਚਾਉਣਾ ਪੈਣਾ ਆਲੂਵਾਲੀਆ ਸਾਹਿਬ ਜਿਵੇਂ ਇੱਕ ਤਾਂ ਆਪਣੇ ਕੋਲ ਰਾਹ ਬਚਿਆ ਸੁਪਰੀਮ ਕੋਰਟ ਦਾ ਸੁਪਰੀਮ ਕੋਰਟ ਜਾਵਾਂਗੇ ਔਰ ਵਿਧਾਨ ਸਭਾ ਚ ਮਤਾ ਪਾਸ ਕਰਾਂਗੇ ਪਰ ਉਦੋਂ ਬਾਅਦ ਅਗਰ ਬੀਜੇਪੀ ਜਾਂ ਇਹ ਮੋਦੀ ਨੇ ਫੇਰ ਵੀ ਹਿੰਡ ਨਾ ਛੱਡੀ ਮੇਰੀ ਗੱਲ ਸੁਣੋ ਮੈਂ ਅੱਜ ਕਹਿੰਦਾ ਬਰਾੜ ਸਾਹਿਬ ਨੂੰ ਕਹਿੰਦਾ ਮੈਂ ਅਕਾਲੀ ਦਲ ਨੂੰ ਕਹਿੰਦਾ ਕਾਂਗਰਸ ਨੂੰ ਵੀ ਕਹਿੰਦਾ ਉਹ ਛੱਡੋ ਯਾਰ ਆਪਦੇ ਝੰਡੇ ਆਪਾਂ ਕਿਸਾਨ ਯੂਨੀਅਨ ਦੇ ਮਗਰ ਲੱਗ ਜਾਈਏ ਇੱਕ ਵਾਰ ਆਪਾਂ ਕਿਸਾਨ ਯੂਨੀਅਨ ਦੇ ਮਗਰ ਲੱਗ ਕੇ ਔਰ ਅੱਜ ਆਪਾਂ ਕਿਸਾਨੀ ਬਚਾ ਲਈਏ ਪੰਜਾਬ ਨੂੰ ਬਚਾ ਲਈਏ ਉਹ ਗੱਲਾਂ ਛੱਡੀਏ ਸਿਆਸਤਾਂ ਦਾ ਬਾਅਦ ਚ ਪਹਿਲਾਂ ਵੀ ਮੈਂ ਕਹਿ ਕੇ ਗਿਆ ਇਹ ਗੱਲ ਨੂੰ ਵੀ ਸਿਆਸਤਾਂ ਹੁੰਦੀਆਂ ਰਹਿਣੀਆਂ ਨੇ ਪਰ ਅੱਜ ਆਪਾਂ ਜੇ ਸਟੈਂਡ ਲੈ ਲਿਆ ਨਾ ਇੱਕ ਵਾਰ ਇਹ ਪੰਜਾਬੀ ਨੇ ਪੰਜਾਬੀਆਂ ਨੇ ਜੇ ਇੱਕ ਵਾਰ ਸਟੈਂਡ ਲੈ ਲਿਆ ਅਗਰ ਉਹਨਾਂ ਨੇ ਰਾਜ ਕਰਨਾ ਅੱਜ ਮੇਰੀ ਗੱਲ ਸੁਣੋ ਅੱਜ ਕਿੰਨੇ ਆਪਣੇ ਪੰਜਾਬ ਦੇ ਗਵਈਏ ਨੇ ਕਿੰਨੇ ਅੱਜ ਆਪਣੇ ਪੰਜਾਬ ਦੇ ਕਿਸਾਨ ਨੇ ਉਹਨਾਂ ਨੇ ਕਿਹਾ ਜੀਓ ਦਾ ਵਿਰੋਧ ਕਰੋ ਰਿਲਾਇੰਸ ਦਾ ਵਿਰੋਧ ਕਰੋ ਅੱਜ ਤੇਲ ਲੈਣਾ ਬੰਦ ਕਰਤਾ ਆਪਾਂ ਪੰਜਾਬੀ ਇੱਕ ਇਹਨਾਂ ਦੀ ਬਾਈਕਾਟ ਦੀ ਅੰਦੋਲਨ ਚਲਾ ਦਈਏ ਵੀ ਇਹਨਾਂ ਦੇ ਮਾਲਾਂ 'ਚ ਨਹੀਂ ਜਾਣਾ ਇਹਨਾਂ ਦੇ ਪੈਟਰੋਲ ਪੰਪ ਤੋਂ ਤੇਲ ਨਹੀਂ ਲੈਣਾ ਔਰ ਅੱਜ ਜੇ ਕਦੇ ਸੈਲੋ ਬਣਾਉਣਗੇ ਜਾਂ ਮੰਡੀਆਂ ਬਣਾਉਣਗੇ ਪੰਜਾਬ 'ਚ ਹੀ ਬਣਾਉਣਗੇ ਨਾ ਅਸੀਂ ਇਹਨਾਂ ਦਾ ਟੋਟਲ ਬਾਈਕਾਟ ਕਰੀਏ ਔਰ ਮੈਂ ਕਹਿੰਦਾ ਜਿੱਥੇ ਵੀ ਇਹ ਮੰਡੀਆਂ ਕਿਤੇ ਵੀ ਸੈਲੋ ਬਣਾਉਣ ਦੀ ਕੋਸ਼ਿਸ਼ ਕਰਦੇ ਆ ਕਿਸਾਨ ਜਾ ਕੇ ਉੱਥੇ ਉਹਦੀ ਐਟਰੈਟ ਖੜਕਾਉਣ ਯਾਰ ਗੱਲ ਕੋਈ ਨਹੀਂ ਸਾਡੇ ਪੰਜਾਬ 'ਚ ਆ ਕੇ ਅਸੀਂ ਮੰਨਦੇ ਹਾਂ ਅੱਜ ਸਾਡੇ ਬਾਰਡਰ ਬੰਦ ਕਰਤੇ ਇਹਨਾਂ ਨੇ ਸ਼ੰਭੂ ਬਾਰਡਰ ਬੰਦ ਕਰਤਾ ਸਾਰਾ ਕੁਝ ਬੰਦ ਕਰਤਾ ਕੀ ਗੱਲ ਇਹਨਾਂ ਨੇ ਮੁੜ ਕੇ ਆ ਕੇ ਤਾਂ ਸਾਡੇ ਪੰਜਾਬ 'ਚ ਹੀ ਆਉਣਾ ਨਾ ਫਸਲ ਤਾਂ ਸਾਡੇ ਪੰਜਾਬ 'ਚ ਖਰੀਦਣੀ ਆ ਅਸੀਂ ਆਪਦੇ ਪੰਜਾਬ ਦੇ ਵਿੱਚ ਹੀ ਇਹਨਾਂ ਨੂੰ ਵੜਨ ਨਾ ਦਈਏ ਬਰਾੜ ਸਾਹਿਬ ਤੁਹਾਨੂੰ ਉਸ ਟਾਈਮ ਬਰਾੜ ਸਾਹਿਬ ਨਹੀਂ ਲੱਗਦਾ ਸੀਗਾ ਕਿ ਪਹਿਲਾਂ ਗੁਰੂ ਘਰਾਂ ਦੇ ਉੱਤੇ ਨਜ਼ਰ ਸੀਗੀ ਉਸ ਤੋਂ ਬਾਅਦ ਪੰਜਾਬ ਦੇ ਇਤਿਹਾਸ ਦੇ ਉੱਤੇ ਨਜ਼ਰ ਸੀਗੀ ਤੁਹਾਨੂੰ ਲੱਗਦਾ ਸੀਗਾ ਜਵਾਨੀ ਦੇ ਉੱਤੇ ਜਵਾਨੀ ਦਾ ਘਾਣ ਤਾਂ ਆਲਰੇਡੀ ਹੋ ਹੀ ਚੁੱਕਿਆ ਰਾਈਟ ਪੂਰਾ ਇਸ ਟਾਈਮ ਮੈਂ ਕਹਾਂਗਾ ਕਿ ਇਸ ਟਾਈਮ ਬਿਲਕੁਲ ਪੰਜਾਬ ਖਤਮ ਹੋ ਚੁੱਕਿਆ ਇੱਕ ਸਿਰਫ ਇੱਕ ਹੀ ਚੀਜ਼ ਬਚੀ ਸੀਗੀ ਕਿਸਾਨੀ ਤੁਹਾਨੂੰ ਲੱਗਦਾ ਸੀ ਕਿ ਅੰਦਰ ਖਾਤੇ ਕੋਈ ਨਾ ਕੋਈ ਵੱਡੀ ਜਿਹੜੀ ਹੈਗੀ ਹੈ ਗੇਮ ਖੇਡੀ ਜਾ ਰਹੀ ਹੈ ਔਰ ਤੁਸੀਂ ਫਿਰ ਵੀ ਭਾਈਵਾਲ ਬਣਾ ਕੇ ਰੱਖੇ ਮੋਦੀ ਜੀ ਕੀ ਕੀਤਾ ਮੋਦੀ ਜੀ ਨੇ ਲੈ ਗਏ ਤੁਹਾਡਾ ਪੰਜਾਬ ਵੀ ਦੇਖੋ ਜੇ ਰਿਲਾਇੰਸ ਹੈ ਉਹ ਪਹਿਲਿਆਂ ਵੇਲਿਆਂ ਦਾ ਆਇਆ ਤੁਸੀਂ ਵੀ ਜਾਣਦੇ ਹੋ ਪਰ ਮੈਂ ਉੱਧਰ ਨਹੀਂ ਜਾਣਾ ਚਾਹੁੰਦਾ ਮੈਂ ਗਿੱਲ ਸਾਹਿਬ ਦੀ ਗੱਲ ਨੂੰ ਪ੍ਰੋੜਤਾ ਕਰਦਾ ਕਿ ਇਸ ਮੌਕੇ ਰਾਜਨੀਤੀ ਕਰਨ ਦੀ ਕੋਈ ਜ਼ਰੂਰਤ ਨਹੀਂ ਪੰਜਾਬ ਹੀ ਨਾ ਰਿਹਾ ਰਾਜਨੀਤੀ ਕੀ ਕਰਾਂਗੇ ਕਿਸ ਕੰਮ ਹੈ ਅੱਜ ਪਰ ਇਹ ਗੱਲ ਮੈਂ ਤੁਹਾਨੂੰ ਇੱਕ ਦਾਅਵੇ ਨਾਲ ਕਹਿੰਦਾ ਵਾਅਦੇ ਨਾਲ ਕਹਿੰਦਾ ਕਿ ਪੰਜਾਬ ਉਹ ਅਣਖੀ ਸਟੇਟ ਹੈ ਬਾਰਡਰ ਸਟੇਟ ਹੈ ਜਿਹਨਾਂ ਨੇ ਕਦੇ ਵੀ ਇਸ ਤਰ੍ਹਾਂ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਮੈਂ ਗੁੰਡਾਗਰਦੀ ਸ਼ਬਦ ਵਰਤ ਰਿਹਾ ਮਾਫੀ ਚਾਹੁੰਦਾ ਇਹ ਸਮਝ ਨਹੀਂਗਾ ਪਰ ਜਿਸ ਤਰੀਕੇ ਮਾਫੀ ਨਹੀਂ ਚਾਹੁੰਦਾ ਬੀਜੇਪੀ ਸਾਰੇ ਇੰਡੀਆ ਦੇ ਵਿੱਚ ਕਰ ਰਹੀ ਹੈ ਗੁੰਡਾਗਰਦੀ ਰਾਜ ਸਭਾ ਦੇ ਵਿੱਚ ਜਿਸ ਤਰ੍ਹਾਂ ਧੱਜੀਆਂ ਉਡਾ ਕੇ ਕਾਨੂੰਨ ਦੀਆਂ ਬਿੱਲ ਪਾਸ ਕਰਾਏ ਹੈ ਗੁੰਡਾਗਰਦੀ ਤਾਂ ਖੈਰ ਹਰ ਪਾਰਟੀ ਕਰਦੀ ਜ਼ਰੂਰ ਹੈਗੀ ਅਕਾਲੀ ਦਲ ਵੀ ਘੱਟ ਨਹੀਂ ਹੈਗੀ ਕਾਂਗਰਸ ਪਾਰਟੀ ਵੀ ਘੱਟ ਨਹੀਂ ਹੈਗੀ ਆਪਾਂ ਇੱਥੇ ਨਾ ਕਹੀਏ ਕਿ ਹੁਣ ਸਿਰਫ ਬੀਜੇਪੀ ਗੁੰਡਾਗਰਦੀ ਕਰਦੀ ਹੈ ਜੇਕਰ ਤੁਸੀਂ ਉਸ ਟਾਈਮ ਮਾਹੌਲ ਬਣਾ ਕੇ ਰੱਖਦੇ ਵਿਰੋਧ ਦਾ ਜਿਸ ਟਾਈਮ ਬਿੱਲ ਪਾਸ ਹੋ ਰਿਹਾ ਸੀਗਾ ਸਦਨ ਦੇ ਵਿੱਚ ਇਹ ਤੱਕ ਕਿਹਾ ਜਾਂਦਾ ਵਿਰੋਧੀ ਧਿਰ ਵੱਲੋਂ ਬਰਾੜ ਸਾਹਿਬ ਕਿ ਤੁਸੀਂ ਉੱਥੇ ਹਿਮਾਇਤ ਕਰਦੇ ਹੋ ਸਦਨ ਦੇ ਵਿੱਚ ਔਰ ਪੰਜਾਬ ਦੇ ਵਿੱਚ ਆ ਕੇ ਵਿਰੋਧ ਕਰਦੇ ਹੋ ਡਬਲ ਸਟੈਂਡਰਡ ਪੋਲੀਟਿਕਸ ਕਰਦੇ ਹੋ ਤੁਸੀਂ ਲਵਾਂਗੇ ਜਵਾਬ ਲਵਾਂਗੇ ਫਿਲਹਾਲ ਇੱਕ ਬ੍ਰੇਕ ਲਈ ਰੁਕ ਰਿਹਾ ਬ੍ਰੇਕ ਤੋਂ ਬਾਅਦ ਲਗਾਤਾਰ ਸਾਡਾ ਮੁੱਦਾ ਜਾਰੀ ਰਹੇਗਾ ਬ੍ਰੇਕ ਤੋਂ ਬਾਅਦ ਸਵਾਗਤ ਹੈ ਫਾਰਮਰਸ ਆਰਡੀਨੈਂਸ ਬਿੱਲ ਨੂੰ ਲੈ ਕੇ ਚਰਚਾ ਕਰ ਰਹੇ ਹਾਂ ਕਾਫੀ ਸਾਰੇ ਕਾਲਰਸ ਵੀ ਸਾਡੇ ਨਾਲ ਮੌਜੂਦ ਹਨ ਪੈਨਲਿਸਟ ਵੀ ਮੌਜੂਦ ਹਨ ਉਹਨਾਂ ਨੂੰ ਵੀ ਸੁਣ ਲੈਂਦੇ ਹਾਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਹਾਂਜੀ ਸਾਡੇ ਨਾਲ ਇੱਕ ਹੋਰ ਵੀ ਕਾਲਰ ਜੀ ਸਾਡੇ ਨਾਲ ਇੱਕ ਹੋਰ ਵੀ ਕਾਲਰ ਮੌਜੂਦ ਨੇ ਉਹਨਾਂ ਦਾ ਵੀ ਅਸੀਂ ਮਦਦ ਸੇ ਸਵਾਗਤ ਕਰਦੇ ਹਾਂ ਸਾਡੇ ਨਾਲ ਡਾਕਟਰ ਰਾਜਵਿੰਦਰ ਕੌਰ ਵੀ ਮੌਜੂਦ ਨੇ ਉਹ ਵੀ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਹਨ ਜੋ ਕਿ
ਹਮੇਸ਼ਾ ਕਮਿਊਨਿਟੀ ਦੇ ਮੁੱਦੇ ਚੱਕਦੇ ਹੋਏ ਆਉਂਦੇ ਹਨ। ਡਾਕਟਰ ਰਾਜਵਿੰਦਰ, ਤੁਹਾਡਾ ਵੀ ਸਵਾਗਤ ਹੈ ਇਸ ਮੰਚ ਦੇ ਉੱਤੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ 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 ਰਾਜਵਿੰਦਰ ਜੀ, ਕੀ ਕਹਿਣਾ ਚਾਹੋਗੇ? ਹਰਕੀਰਤ ਜੀ, ਮੈਂ ਇਹ ਗੱਲ ਕਹਿਣਾ ਚਾਹਾਂਗੀ, ਸਭ ਤੋਂ ਪਹਿਲਾਂ ਜਿਹੜਾ ਆਪਣੇ ਪੈਨਲਿਸਟ ਆਏ ਨੇ ਸਤਿਕਾਰਯੋਗ ਜੀ, ਦੋਨੋਂ ਪਾਰਟੀ ਦੇ ਨੁਮਾਇੰਦੇ ਨੇ ਜੀ, ਔਰ ਉਹ ਵੀ ਪਬਲਿਕ ਵਾਂਗੂ ਹੀ ਗੱਲ ਕਰਦੇ ਨੇ, ਆਮ ਜਨਤਾ ਵਾਂਗੂ, ਕਿ ਬਈ ਹੁਣ ਸਾਨੂੰ ਜਾਣਾ ਚਾਹੀਦਾ ਸੁਪਰੀਮ ਕੋਰਟ ਦੇ ਵਿੱਚ, ਜਦ ਕਿ ਜਿਹੜੇ ਸਾਡੇ ਨੁਮਾਇੰਦੇ ਹੁੰਦੇ ਨੇ, ਸਾਡੇ ਪੋਲੀਟੀਕਲ ਲੀਡਰ ਹੁੰਦੇ ਨੇ, ਉਹਨਾਂ ਦੇ ਕੋਲੋਂ ਕੋਈ ਕਾਨੂੰਨ ਛੁਪਿਆ ਨਹੀਂ ਹੁੰਦਾ, ਉਹਨਾਂ ਨੂੰ ਇਹ ਪਤਾ ਹੁੰਦਾ ਆ ਕਿ ਜਿਹੜਾ ਕਾਨੂੰਨ ਨੂੰ ਕਿੱਥੇ ਵਰਤੋਂ ਕਰਨੀ ਆ ਤੇ ਕਦੋਂ ਕਰਨੀ ਚਾਹੀਦੀ ਆ ਕਾਨੂੰਨ ਦੀ। ਜਦੋਂ ਇਹ ਆਰਡੀਨੈਂਸ ਜਿਹੜਾ ਬਿੱਲ ਹੈਗਾ ਆ, ਇਹ ਜਦੋਂ ਰਾਸ਼ਟਰਪਤੀ ਨੇ ਤੇ ਹੁਣ ਸਾਈਨ ਕੀਤਾ ਆ, ਜਦੋਂ ਇਹ ਬਿੱਲ ਆਇਆ ਸੀਗਾ ਬਾਹਰ, ਜਦੋਂ ਲੋਕਾਂ ਦੇ ਵਿੱਚ ਸਾਰਾ ਕਿਸਾਨਾਂ ਨੇ ਧਰਨੇ ਲਾਣੇ ਸਟਾਰਟ ਕਰ ਦਿੱਤੇ ਸੀਗੇ, ਉਸ ਵੇਲੇ ਸੁਪਰੀਮ ਕੋਰਟ ਸਾਡੇ ਲੀਡਰ ਲੈ ਕੇ ਕਿਉਂ ਨੀ ਗਏ ਬਿੱਲ ਨੂੰ? ਬਿਲਕੁਲ, ਜਨਤਾ ਨੂੰ ਨੀ ਪਤਾ ਕਿ ਸੁਪਰੀਮ ਕੋਰਟ ਕਿਵੇਂ ਜਾਣਾ, ਕੁਛ ਨਹੀਂ ਵੀ ਜਾਣਦੇ ਹੁੰਦੇ, ਪਰ ਜਿਹੜੇ ਸਾਡੇ ਸਤਿਕਾਰਯੋਗ ਜਿਹੜੇ ਅਮਰਿੰਦਰ ਸਿੰਘ ਜੀ ਨੇ ਜਾਂ ਸਾਡੇ ਬਾਦਲ ਸਾਹਿਬ ਨੇ, ਉਹਨਾਂ ਨੇ ਉਸ ਵੇਲੇ ਕਿਸੇ ਵਕੀਲ ਨੂੰ ਹਾਇਰ ਕਰਕੇ ਕਿਉਂ ਨਹੀਂ? ਬਿਲਕੁਲ ਬਿਲਕੁਲ, ਮਿਹਰਬਾਨੀ, ਰੱਦ ਕਰਵਾਇਆ ਜੀ, ਹੋਲਡ ਕੀਤਾ ਜੀ। ਆ ਗਿਆ ਤੁਹਾਡਾ ਸਵਾਲ, ਬਿਲਕੁਲ ਰਾਸ਼ਟਰਪਤੀ ਉਸ ਟਾਈਮ ਲੈ ਸਕਦੇ ਸੀਗੇ, ਤੁਹਾਡਾ ਸਵਾਲ ਸਮਝ ਆ ਗਿਆ। ਸਾਡੇ ਨਾਲ ਦਰਸ਼ਨ ਸਿੰਘ ਜੀ ਵੀ ਮੌਜੂਦ ਨੇ, ਕਾਲਰ, ਉਹਨਾਂ ਵੀ ਸੁਣ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੀ ਕਹਿਣਾ ਚਾਹੋਗੇ? ਸਤਿ ਸ਼੍ਰੀ ਅਕਾਲ ਜੀ, ਗੁਰਕਿਰਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਮੈਂ ਦੋਨੋਂ ਪਾਰਟੀਆਂ ਨੂੰ ਗੱਲਬਾਤ ਕਰੂੰਗਾ। ਦੋਨੋਂ ਪਾਰਟੀਆਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਸੀ ਨਿਭਾਈ ਕਿਸਾਨਾਂ ਦੀ ਖਾਤਰ, ਦੋਨਾਂ ਪਾਰਟੀਆਂ ਨੇ ਆਪਣੇ ਹੀ ਕੰਮ ਦੇ ਸੋਚੇ। ਸਾਰੇ ਅਕਾਲੀ ਦਲ ਅਗਰ ਜੇ ਪਹਿਲੇ ਪਕੜਦਾ ਇਸ ਚੀਜ਼ ਨੂੰ, ਤੇ ਉਦੋਂ ਲਾਸਟ ਤੱਕ ਹੀ ਕਹਿੰਦਾ ਰਹਿ ਗਏ ਕਿਸਾਨਾਂ ਦੇ ਹਿੱਤ ਵਿੱਚ, ਇੱਕ ਆਰਡੀਨੈਂਸ ਲਾਸਟ ਤੱਕ ਤੇ ਰਿਜ਼ਾਈਨ ਦੇਣ ਤੋਂ ਪਹਿਲਾਂ ਤੱਕ, ਬਾਅਦ ਤੱਕ ਵੀ ਕਹਿੰਦੇ ਰਹਿ ਗਏ ਕਿਸਾਨਾਂ ਦੇ ਹੱਕ ਵਿੱਚ ਹੈ। ਅੱਜ ਇਹ ਕਿਉਂ ਬੋਲਦੇ ਆ ਕਿ ਹੱਕ 'ਚ ਨਹੀਂ ਹੈ? ਵੱਡੇ ਬਾਦਲ ਸਾਹਿਬ ਨੇ ਵੀ ਬੋਲਿਆ, ਉਦਾਂ ਹੀ ਕੈਪਟਨ ਸਾਹਿਬ ਨੇ ਵੀ ਇਹ ਕੀਤਾ, ਸਾਈਨ ਕੀਤੇ ਉੱਥੇ ਸਭ ਕੁਝ ਕਰਕੇ। ਹੁਣ ਇਹ ਕਾਂਗਰਸ ਆਪਣੇ ਆਪ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰਦੀ? ਦੋਨਾਂ ਪਾਰਟੀਆਂ ਨੇ ਕਿਸਾਨੀ ਦਾ, ਪੰਜਾਬ ਦਾ, ਪੂਰੇ ਜਵਾਨੀ ਦਾ ਨਾਸ਼ ਕੀਤਾ, ਨਾਸ਼ ਕੀਤਾ ਇਹਨਾਂ ਨੇ। ਹੁਣ ਇੱਕੋ ਰਸਤਾ ਇਹਨਾਂ ਬਸ ਰਹਿ ਗਿਆ ਹੈਗਾ, ਜੋ ਪਹਿਲਾਂ ਸੀ ਕਾਪ ਚੰਡੀਗੜ੍ਹ ਤੋਂ ਲਿਆਏ ਸੀ ਸੁਪਰੀਮ ਕੋਰਟ ਵਾਲਾ, ਉਹਨੂੰ ਲੈ ਕੇ ਆਓ, ਉਹ ਤੁਹਾਨੂੰ ਦੱਸੂਗਾ। ਮਿਹਰਬਾਨੀ, ਸਾਡੇ ਨਾਲ ਗੁਰਮੀਤ ਸਿੰਘ ਮੁੱਲਾਪੁਰ ਮੌਜੂਦ ਨੇ, ਸਤਪਾਲ ਬਰਾੜ ਮੌਜੂਦ ਨੇ। ਬਰਾੜ ਸਾਹਿਬ, ਤੁਸੀਂ ਸੁਣ ਲਿਆ, ਕਾਲਰਸ ਕੀ ਕਹਿਣਾ ਚਾਹੁੰਦੇ ਹਨ? ਹਾਂਜੀ, ਆਪਣਾ ਆਲੂਵਾਲੀ ਸਾਹਿਬ, ਸਭ ਤੋਂ ਪਹਿਲਾਂ ਤਾਂ ਬੀਬਾ ਰਾਜਵਿੰਦਰ ਕੌਰ ਜੀ ਤੇ ਸਰਦਾਰ ਦਰਸ਼ਨ ਸਿੰਘ ਜੀ, ਇਹਨਾਂ ਦਾ ਜੋ ਦਰਦ ਹੈ ਬਿਲਕੁਲ ਜਾਇਜ਼ ਹੈ। ਸਾਰੀਆਂ ਗਲਤੀਆਂ ਕਿਤੇ ਨਾ ਕਿਤੇ ਸਾਫ਼ੀ ਹੋਈਆਂ, ਇਹ ਮਾਮਲੇ ਦੇ ਵਿੱਚ ਅਸੀਂ ਇਹਨਾਂ ਨੂੰ ਮਾਫੀ ਮੰਗ ਸਕਦੇ ਹਾਂ ਵਾਦਾ ਕਰਦੇ ਹਾਂ। ਹਾਂਜੀ, ਟੈਕੇ ਦੀ ਕੋਈ ਪਾਰਟੀ ਵੀ ਟੈਕੇ ਨੀ ਬੈਠਾਂਗੇ, ਜਿੰਨਾ ਚਿਰ ਇਹ ਫੈਸਲਾ ਕੋਲ ਲੜਾਈ ਆ, ਇਹਦੇ ਵਾਸਤੇ ਕੋਈ ਵੀ ਕੁਰਬਾਨੀ ਕਰਨ ਨੂੰ ਸ਼੍ਰੋਮਣੀ ਅਕਾਲੀ ਦਲ, ਔਰ ਮੈਂ ਮੰਨਦਾ ਕਿ ਸਾਰੀਆਂ ਪਾਰਟੀਆਂ, ਕਾਫੀ ਸਾਰੇ ਕਾਲਰਸ ਹੋਰ ਵੀ ਮੌਜੂਦ ਨੇ। ਮਿਹਰਬਾਨੀ ਤੁਹਾਡੀ, ਸਤਪਾਲ ਬਰਾੜੀ ਜੀ ਸਾਡੇ ਨਾਲ ਜੁੜੇ। ਮੁੱਲਾਪੁਰ ਸਾਹਿਬ, ਕੀ ਕਹਿਣਾ ਚਾਹੋਗੇ ਆਪਣੇ ਕਲੋਜ਼ਿੰਗ ਕਮੈਂਟ? ਮੈਂ ਪਤਾ ਆਪਣੇ ਹਰਕੀਰਤ ਜੀ, ਮੈਂ ਭੈਣ ਜੀ ਦੇ ਜਿਹੜਾ ਸਵਾਲ ਭੈਣ ਜੀ ਨੇ ਕੀਤਾ ਵੀ ਸੁਪਰੀਮ ਕੋਰਟ ਚ ਪਹਿਲਾਂ ਕਿਉਂ ਨੀ ਗਏ ਜੀ, ਮੈਂ ਭੈਣ ਜੀ ਨੇ ਕਲੀਅਰ ਕਰਨਾ ਚਾਹੁੰਦਾ, ਜਦ ਤੱਕ ਕੋਈ ਬਿੱਲ ਨਹੀਂ ਪਾਸ ਹੁੰਦਾ ਨਾ, ਉਦੋਂ ਤੱਕ ਆਪਾਂ ਕੋਰਟ ਚ ਨਹੀਂ ਜਾ ਸਕਦੇ ਜੀ। ਜੀ ਜੀ, ਕਿਉਂਕਿ ਜੇ ਅਗਰ ਕੋਈ ਆਰਡੀਨੈਂਸ ਪਾਸ ਹੋਇਆ ਤਾਂ ਉਸ ਤੋਂ ਬਾਅਦ ਹੀ ਆਪਾਂ ਉਹਦੇ ਖਿਲਾਫ ਜਾ ਸਕਦੇ, ਜਦ ਤੱਕ ਕੋਈ ਕਾਨੂੰਨ ਹੀ ਪਾਸ ਨਹੀਂ ਹੋਇਆ ਲੋਕਤੰਤਰ ਦਾ, ਲੋਕਾਂ ਦਾ, ਜਿਨ੍ਹਾਂ ਨੇ ਇੱਕ ਪਾਰਟੀ ਨੂੰ ਐਡੀ ਵੱਡੀ ਮੈਜੋਰਟੀ ਦੇ ਦਿੱਤੀ, ਆਪੋਜੀਸ਼ਨ ਖਤਮ ਹੋ ਗਈ। ਤੁਸੀਂ ਵੀ ਤਾਂ ਭਾਈਵਾਲ ਦਿੱਤਾ ਸੀਗਾ ਬਰਾੜ ਸਾਹਿਬ, ਕਿਹੜੀਆਂ ਗੱਲਾਂ ਕਰ ਰਹੇ ਹੋ? ਤੁਸੀਂ ਵੀ ਤਾਂ ਭਾਈਵਾਲ ਦਿੱਤਾ, ਤੁਸੀਂ ਕਿਉਂ ਰਹੇ ਫਿਰ ਬੀਜੇਪੀ ਦੇ ਨਾਲ? ਤੁਹਾਨੂੰ ਪਤਾ ਸੀਗਾ ਦੂਜੀ ਵਾਰ ਗਲਤੀ ਕੀਤੀ ਭਾਈਵਾਲ ਬਣਾ ਕੇ, ਸਾਡੀਆਂ ਗਲਤੀ ਅਸੀਂ ਮੰਨੀ ਜਾਂਦੇ ਹਾਂ, ਫਿਰ ਤੁਸੀਂ ਲੋਕਾਂ ਦੇ ਉੱਤੇ ਕਸੂਰ ਨਾ ਕੱਢੋ ਨਾ ਬਰਾੜ ਸਾਹਿਬ। ਪਰ ਇਹ ਮੰਨੋ ਭਾਰਤ ਦੇ ਆਪੋਜੀਸ਼ਨ, ਮਿਹਰਬਾਨੀ ਤੁਹਾਡੀ, ਤੁਸੀਂ ਸਾਡੇ ਨਾਲ ਜੁੜੇ, ਕਿਸੇ ਪਾਰਟੀ ਦੇ ਆਪੋਜੀਸ਼ਨ ਦਾ ਨਾਂ ਆਉਣਾ ਚਲੋ ਨਤੀਜੇ ਆਉਣਗੇ। ਮਿਹਰਬਾਨੀ, ਤੁਸੀਂ ਸਾਡੇ ਨਾਲ ਜੁੜੇ, ਸਾਡੇ ਨਾਲ ਕਾਫੀ ਸਾਰੇ ਕਾਲਰਸ ਵੀ ਨੇ, ਉਹਨਾਂ ਨੂੰ ਵੀ ਅਸੀਂ ਜ਼ਰੂਰ ਸੁਣਨਾ ਚਾਹੁੰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਟ੍ਰੇਸੀ ਤੋਂ ਪ੍ਰੇਮ ਸਿੰਘ ਸੰਧੂ ਬੋਲਦਾ ਜੀ।
जी ਤੁਸੀਂ ਸਾਡੇ ਨਾਲ ਬਣੇ ਰਹੋ ਤੁਸੀਂ ਸਾਡੇ ਨਾਲ ਬਣੇ ਰਹੋ ਅਸੀਂ ਤੁਹਾਨੂੰ ਬ੍ਰੇਕ ਤੋਂ ਬਾਅਦ ਜ਼ਰੂਰ ਲਵਾਂਗੇ ਕਾਫੀ ਸਾਰੇ ਕਾਲਰਸ ਨੇ ਫਿਲਹਾਲ ਇੱਕ ਬ੍ਰੇਕ ਲਈ ਇੱਥੇ ਰੁਕ ਰਹੇ ਹਾਂ ਬ੍ਰੇਕ ਤੋਂ ਬਾਅਦ ਆਵਾਂਗੇ ਮੈਂ ਆਪਣੇ ਕਾਲਰਸ ਨੂੰ ਲਵਾਂਗਾ ਔਰ ਸੁਣਾਂਗੇ ਉਹਨਾਂ ਦੇ ਕੀ ਵਿਚਾਰ ਨੇ ਬ੍ਰੇਕ ਤੋਂ ਬਾਅਦ ਸਵਾਗਤ ਹੈ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਕਾਫੀ ਸਾਰੇ ਕਾਲਰਸ ਨੇ ਉਹ ਵੀ ਆਪਣਾ ਵਿਚਾਰ ਰੱਖਣਾ ਚਾਹੁੰਦੇ ਹਨ ਮੈਂ ਬੇਨਤੀ ਕਰਾਂਗਾ ਕਿ ਆਪਣੀ ਗੱਲ ਜਿਹੜੀ ਹੈਗੀ ਆ ਉਹ ਛੋਟੀ ਰੱਖਿਓ ਸਮਾਂ ਸਾਡੇ ਕੋਲ ਹੈਗਾ ਨਹੀਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਹੁਣ ਹੈਗੇ ਹੋ ਕੌਣ ਬੋਲ ਰਹੇ ਕਿੱਥੋਂ ਬੋਲ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਪ੍ਰੇਮ ਸਿੰਘ ਸੰਧੂ ਬੋਲਦਾ ਜੀ ਟਰੇਸੀ ਤੋਂ ਜੀ ਸੰਧੂ ਸਾਹਿਬ ਕੀ ਕਹਿਣਾ ਚਾਹੋਗੇ ਅਸੀਂ ਕਹਿਣਾ ਇਹ ਚਾਹੁੰਦੇ ਵੀ ਇਹਨਾਂ ਦੋਵਾਂ ਨੂੰ ਜਿਹੜੇ ਬੈਠੇ ਮੇਰੇ ਭਰਾ ਇਹਨਾਂ ਨੂੰ ਪੁੱਛ ਵੀ ਅੱਜ ਤੋਂ 7 ਸਾਲ ਪਹਿਲਾਂ ਸਾਡੇ ਏਰੀਏ ਦੇ ਵਿੱਚ ਮੈਂ ਮੋਗੇ ਨੂੰ ਬਿਲੋਂਗ ਕਰਦਾ ਦੋ ਸਾਈਲੋ ਬਣੇ ਆ ਜਿਹਦੇ ਵਿੱਚ 40,000 ਟਨ ਕਣਕ ਪੈਂਦੀ ਹੈ ਉਹਨਾਂ ਲੋਕਾਂ ਦੀ ਜ਼ਮੀਨ ਜਦੋਂ ਲਈ ਜਦੋਂ ਰਜਿਸਟਰੀਆਂ ਕਰਵਾਈਆਂ ਫ੍ਰੀ ਰਜਿਸਟਰੀਆਂ ਹੋਈਆਂ ਇੱਕ ਦੋਨੀ ਉਹਨਾਂ ਦੀ ਰਜਿਸਟਰੀ ਦੇ ਉੱਤੇ ਖਰਚਾ ਨਹੀਂ ਆਇਆ ਉਦੋਂ ਬਾਦਲ ਸੀਗਾ ਉਸ ਤੋਂ ਬਾਅਦ ਉਹਨਾਂ ਸੈਲੋਆਂ ਨੂੰ ਰੇਲਵੇ ਟਰੈਕ ਕੱਢ ਕੇ ਦਿੱਤੇ ਇਹਨਾਂ ਨੇ ਉਦੋਂ ਰਾਜਾ ਵੀ ਸੀਗਾ ਰਾਜਾ ਕੈਪਟਨ ਸੀਗਾ ਉਦੋਂ ਇਹਨੂੰ ਪਤਾ ਨਹੀਂ ਸੀ ਵੀ ਮੇਰੇ ਰਾਜ ਦੇ ਵਿੱਚ ਕੌਣ ਰੇਲਵੇ ਟਰੈਕ ਕੱਢ ਰਿਹਾ ਠੀਕ ਹੈ ਇਹਨਾਂ ਨੇ ਜੋ ਕੁਛ ਕੀਤਾ ਹੈ ਮਿਲ ਕੇ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਹਰਬਾਨੀ ਤੁਹਾਡੀ ਸਾਡੇ ਨਾਲ ਹੋਰ ਵੀ ਕਾਲਰਸ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਂਦੇ ਹੋ ਕੌਣ ਬੋਲ ਰਹੇ ਕਿੱਥੋਂ ਬੋਲ ਰਹੇ ਹੋ ਹਾਂਜੀ ਮੈਂ ਬਲਰਾਜ ਸਿੰਘ ਹੁੰਦਰ ਬੋਲਦਾ ਜੀ ਸੈਕਰਾਮੈਂਟੋ ਤੋਂ ਜੀ ਬਲਰਾਜ ਸਾਹਿਬ ਕੀ ਕਹਿਣਾ ਚਾਹੋਗੇ ਮੈਂ ਕਹਿਣਾ ਚਾਹੁੰਦਾ ਕਿ ਇਹਨਾਂ ਦੋਨਾਂ ਵੀਰਾਂ ਨੂੰ ਜਿਹੜੇ ਬੁਲਾਰੇ ਤੁਸੀਂ ਲੈਂਦੇ ਹੋ ਆਪਣਾ ਆਪਣਾ ਟੈਗ ਜਿਹੜਾ ਅਕਾਲੀ ਦਲ ਬਾਦਲ ਦਾ ਤੇ ਕਾਂਗਰਸ ਦਾ ਜਿਹੜਾ ਟੈਗ ਆ ਆਪਣੇ ਤੋਂ ਲਾਹ ਦੇਣਾ ਚਾਹੀਦਾ ਜੀ ਔਰ ਕਿਸਾਨ ਪੁੱਤਰ ਬਣ ਕੇ ਪੰਜਾਬ ਦਾ ਪੁੱਤ ਬਣ ਕੇ ਜਿਹੜਾ ਸੰਘਰਸ਼ ਕਿਸਾਨ ਜਿਹੜੇ ਬੰਦੀਆਂ ਕਰ ਰਹੀਆਂ ਉਹਨਾਂ ਦੇ ਨਾਲ ਚੱਲਣਾ ਚਾਹੀਦਾ ਜੀ ਇਹ ਦੋਵੇਂ ਆਪਣੀ ਆਪਣੀ ਰਾਜਨੀਤਿਕ ਹੋਂਦ ਕਾਇਮ ਕਰਨ ਦਾ ਬਿਲਕੁਲ ਬਿਲਕੁਲ ਚੱਲ ਰਹੇ ਸੰਘਰਸ਼ ਨੂੰ ਠੀਕ ਹੈ ਉਹਨਾਂ ਦੇ ਚੱਲ ਰਹੇ ਸੰਘਰਸ਼ ਨੂੰ ਕਾਰ ਪਿੰਡੋ ਕਰ ਰਹੀਆਂ ਉਹਨਾਂ ਚ ਆਪਣੀ ਪਾਰਟੀ ਦੀ ਹੋਂਦ ਕਾਇਮ ਕਰਨ ਵਾਸਤੇ ਬਿਲਕੁਲ ਅੱਜ ਤੱਕ ਇਹ ਨਹੀਂ ਕੀਤਾ ਕੱਲ ਨੂੰ ਮਿਹਰਬਾਨੀ ਗਾਂਧੀ ਇੱਥੇ ਆ ਰਿਹਾ ਠੀਕ ਹੈ ਜੀ ਮਿਹਰਬਾਨੀ ਮਿਹਰਬਾਨੀ ਤੁਹਾਡੀ ਮੈਂ ਜ਼ਰੂਰ ਤੁਹਾਨੂੰ ਸੁਣਨਾ ਵੀ ਚਾਹੁੰਦਾ ਕਾਫੀ ਸਾਰੇ ਕਾਲਰਸ ਹੋਰ ਵੀ ਨੇ ਮੈਂ ਸਾਰਿਆਂ ਦੇ ਜਜ਼ਬਾਤਾਂ ਦੀ ਕਦਰ ਕਰਦਾ ਸਾਰਿਆਂ ਦੇ ਕਮੈਂਟਸ ਨੂੰ ਮੈਂ ਜ਼ਰੂਰ ਸੁਣਨਾ ਵੀ ਚਾਹੁੰਦਾ ਸੀਗਾ ਪਰ ਮੈਨੂੰ ਸਮਾਂ ਇੱਥੇ ਇਜਾਜ਼ਤ ਨਹੀਂ ਦੇ ਰਿਹਾ ਪਰ ਈਮੇਲ ਰਾਹੀਂ ਤੁਸੀਂ ਮੈਨੂੰ ਆਪਣੇ ਸੁਨੇਹੇ ਭੇਜ ਸਕਦੇ ਹੋ harkirat@justbroadcasting.com info@justbroadcasting.com ਦੇ ਉੱਤੇ ਮੈਂ ਹਾਂ ਮਜਬੂਰ ਮੇਰਾ ਕੀ ਕਸੂਰ ਇਹ ਮੈਂ ਨਹੀਂ ਕਹਿ ਰਿਹਾ ਇਹ ਪੰਜਾਬ ਦਾ ਕਿਸਾਨ ਕਹਿ ਰਿਹਾ ਲਿਆਂਦਾ ਰਵਾਂਗੇ ਅਜਿਹਾ ਮੁੱਦਾ ਔਰ ਇਸ ਮੰਚ ਦੇ ਉੱਤੇ ਕਰਾਂਗੇ ਨਿਰਪੱਖ ਗੱਲ ਫਿਲਹਾਲ ਧੰਨਵਾਦ ਸਤਿ ਸ਼੍ਰੀ ਅਕਾਲ